ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਵੀਡੀਓ ਡਾਇਰੈਕਟਰ ਸਤਨਾਮ ਸੱਤਾ, ਮਿਊਜ਼ਿਕ ਟਰੈਕ ਆਡੀਓ ਵੀਡੀਓ ਸਟੂਡੀਓ ਪਠਾਨਕੋਟ ਤੋਂ ਬੋਲ ਰਿਹਾ। ਇਹ ਤੁਹਾਨੂੰ ਹੁਣੇ ਇੱਕ ਇਸ ਵੀਡੀਓ ਦਾ ਕਲਿੱਪ ਵਿਖਾਇਆ ਜਿਹਦੇ ਵਿੱਚ ਕੋਈ ਕਲਾਕਾਰ ਹੈਗਾ ਨਵਾਂ। ਖੈਰ, ਅਸੀਂ ਤਾਂ ਇਹਨੂੰ ਵੇਖਿਆ ਵੀ ਨਹੀਂ ਅਤੇ ਜਾਣਦੇ ਵੀ ਨਹੀਂ। ਇਸ ਬੰਦੇ ਨੇ ਇਹੋ ਜਿਹਾ ਕਮੈਂਟ ਦਿੱਤਾ ਆਮ ਲੋਕਾਂ ਵਾਸਤੇ, ਆਮ ਸਰੋਤ ਤੇ ਜਿਹੜੇ ਲੋਕ ਇਹਨਾਂ ਦੇ ਗਾਣੇ ਦੇਖ ਕੇ ਇਹਨਾਂ ਨੂੰ ਫੇਮਸ ਕਰਦੇ ਨੇ, ਇਹ ਉਹਨਾਂ ਵਾਸਤੇ ਮਾੜਾ ਬੋਲ ਰਿਹਾ। ਇੱਕ ਵੀਰ ਦੀ ਹੋਰ ਵੀਡੀਓ ਆਈ ਹੈ ਨਾਲ ਜਿਹਨੇ ਇਸ ਮਾਮਲੇ ਨੂੰ ਥੋੜ੍ਹਾ ਜਿਹਾ ਚੁੱਕਿਆ। ਇਹ ਹੈ ਤਾਂ ਸਰਾਸਰ ਗਲਤ। ਉਸ ਆਦਮੀ ਨੂੰ ਇੰਨਾ ਪ੍ਰਾਊਡ, ਇੰਨਾ ਮਾਣ ਨਹੀਂ ਹੋਣਾ ਚਾਹੀਦਾ ਜੇ ਅੱਜ ਤੇਰਾ ਕੋਈ ਗਾਣਾ ਹਿੱਟ ਹੋ ਗਿਆ। ਖੈਰ, ਸਾਨੂੰ ਪਤਾ ਵੀ ਇੰਨੀ ਕੌਣ ਆ, ਨਾ ਹੀ ਕਦੀ ਇਹਨੂੰ ਸੁਣਿਆ। ਜੇ ਤੇਰਾ ਕੋਈ ਗਾਣਾ ਇੰਨਾ ਹਿੱਟ ਹੋ ਗਿਆ, ਤੂੰ ਆਪਣੇ ਇੰਟਰਵਿਊ 'ਚ ਇਹੋ ਜਿਹੇ ਬਿਆਨ ਦੇਵੇਂ ਆਮ ਲੋਕਾਂ ਵਾਸਤੇ, 30-30 ਰੁਪਏ ਦੇ ਨੈੱਟ ਪੈਕ, ਤੂੰ ਬਹੁਤ ਵੱਡਾ ਅਮੀਰ ਆਦਮੀ ਆ, ਤੂੰ ਬਹੁਤ ਵੱਡਾ ਸਟਾਰ ਹੈ ਆਪਣੇ ਆਪ ਨੂੰ ਸਮਝਦਾ, ਤੂੰ ਕਹਿੰਦਾ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ, ਮੈਂ ਕਿਸੇ ਦਾ ਕਮੈਂਟ ਪੜ੍ਹਦਾ ਨਹੀਂ ਹੈਗਾ, ਨਾ ਪੜ੍ਹ, ਤੈਨੂੰ ਕਮੈਂਟ ਕਰਦਾ ਕੌਣ ਆ। ਪਰ ਜਿਹੜਾ ਤੂੰ ਬਿਆਨ ਦਿੱਤਾ, ਇਹ ਚੰਗੀ ਗੱਲ ਹੈ ਤੇਰੇ ਵਾਸਤੇ, ਕਿਉਂਕਿ ਇਹ ਲੋਕਾਂ ਦੇ ਨਾਲ ਹੀ ਤੂੰ ਅੱਜ ਜੇ ਕੋਈ ਹੈਗਾ ਤਾਂ ਉਹਨਾਂ ਲੋਕਾਂ ਦੀ ਵਜ੍ਹਾ ਦੇ ਨਾਲ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਹੈਗਾ। ਇੱਕ ਨਾਲ ਹੋਰ ਵੀਰ ਦਾ ਇੱਕ ਬਿਆਨ ਆਇਆ, ਵੇਖਿਆ ਸੁਣਿਆ ਮੈਂ ਉਹ ਵੀ, ਉਸ ਬੰਦੇ ਨੇ ਵੀ ਇਹ ਗੱਲ ਨੂੰ ਚੁੱਕਿਆ ਵੀ ਇਹ ਬੰਦੇ ਨੇ ਗਲਤ ਬੋਲਿਆ। ਅਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਇਹੋ ਜਿਹੇ ਕਲਾਕਾਰਾਂ ਦੇ ਨਾਂ ਤੇ ਗਾਣੇ ਸੁਣਨੇ ਚਾਹੀਦੇ ਆ, ਨਾ ਡਾਊਨਲੋਡ ਕਰਨਾ ਚਾਹੀਦਾ, ਨਾ ਲਾਈਕ ਕਰਨਾ ਚਾਹੀਦਾ ਆ। ਜਿਸ ਕਲਾਕਾਰ ਨੂੰ ਇੱਕ ਜਾਂ ਦੋ ਗਾਣੇ ਹਿੱਟ ਹੋਣ ਦੇ ਨਾਲ ਇੰਨੀ ਆਕੜ, ਇੰਨਾ ਮਾਣ ਆ ਗਿਆ, ਉਹਦੇ 10-20 ਗਾਣੇ ਹਿੱਟ ਹੋ ਗਏ, ਉਹ ਕੀ ਕਰੇਗਾ? ਉਦੋਂ ਲੋਕਾਂ ਨੂੰ ਮਾਰ ਹੀ ਛੱਡੇਗਾ। ਇਹਦੇ ਨਾਲ ਬਿਹਤਰ ਹੈ ਮੈਂ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ, ਸਾਰੇ ਕਲਾਕਾਰਾਂ ਨੂੰ, ਸਾਰੇ ਸਰੋਤਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹੋ ਜਿਹੇ ਕਲਾਕਾਰ ਦਾ ਬਿਲਕੁਲ ਬਾਈਕਾਟ ਕਰੋ, ਅਤੇ ਨਾ ਹੀ ਇਹਨਾਂ ਦਾ ਕੋਈ ਗਾਣਾ ਵੇਖੇ, ਅਤੇ ਨਾ ਹੀ ਇਹਨਾਂ ਨੂੰ ਕੋਈ ਲਾਈਕ ਕਰੇ, ਤਾਂ ਜੋ ਇਹਨਾਂ ਨੂੰ ਆਪਣੀ ਔਕਾਤ ਪਤਾ ਲੱਗੇ ਕਿ ਸਾਡੀ ਔਕਾਤ ਕੀ ਹੈ। ਉਹਨਾਂ ਨੇ ਦੂਸਰੇ ਵੀਰ ਜੀ ਨੇ ਦੱਸਿਆ ਉਸ ਬੋਲ ਕੇ ਕਿ ਇਹ ਬੰਦਾ ਲੁਧਿਆਣੇ ਉੱਥੇ ਮੋਹਾਲੀ ਦਾ ਹੈ, ਟੈਂਪੂ 'ਤੇ ਪੜ੍ਹਨ ਜਾਂਦਾ ਰਿਹਾ, ਉਸ ਵੇਲੇ ਤੇਰੀ ਔਕਾਤ ਕੀ ਸੀ, ਤੂੰ ਲੋਕਾਂ ਦੀ ਔਕਾਤ ਦੱਸਣ ਦਾ ਅੱਜ ਜੇ ਤੋਂ। ਖੈਰ, ਮੈਨੂੰ ਅਜੇ ਵੀ ਨਹੀਂ ਪਤਾ, ਮੈਂ ਨਹੀਂ ਜਾਣਦਾ ਇਸ ਬੰਦੇ ਨੂੰ, ਜੇ ਤੇਰਾ ਕੋਈ ਗਾਣਾ ਹਿੱਟ ਹੋ ਹੀ ਗਿਆ ਤਾਂ ਤੂੰ ਇੰਨੀ ਆਕੜ, ਇੰਨੀ ਮਾਣ ਕਿ ਲੋਕਾਂ ਨੂੰ ਆ ਕੇ ਤੂੰ ਗਲਤ ਬਿਆਨ ਦੇ ਦਿੰਦੇ ਆ, ਉਹਨੂੰ ਲੋਕਾਂ ਦੀ ਔਕਾਤ ਕੀ ਆ? ਮੈਂ ਪੁੱਛਦਾ ਵੀ ਤੇਰੀ ਔਕਾਤ ਕੀ ਆ, ਤੂੰ ਹੈ ਕੀ ਆ, ਕੀ ਚੀਜ਼ ਆ? ਵੀਡੀਓ ਡਾਇਰੈਕਟਰ ਆ, ਤੇਰੀ ਔਕਾਤ ਕੋਈ ਨਹੀਂ ਹੈਗੀ ਇਸ ਸਾਹਮਣੇ, ਸਮਝ ਗਿਆ ਨਾ ਇਸ ਗੱਲ ਨੂੰ? ਬਾਕੀ ਜੇ ਬੰਦੇ ਦਾ ਪੁੱਤ ਹੈਗਾ ਤਾਂ ਇਸ ਗੱਲ ਨੂੰ ਸਾਰੇ ਮੀਡੀਆ ਉੱਪਰ ਦੁਬਾਰਾ ਮਾਫ਼ੀ ਮੰਗ ਵੀ ਵਾਕਿਆ ਹੀ ਮੈਨੂੰ ਇਹ ਗਲਤ ਬੋਲਿਆ, ਮੈਂ ਲੋਕਾਂ ਦੀ ਬਰਖਲਾਫ਼ੀ, ਸ਼ਾਨ ਦੇ ਬਰਖਲਾਫ਼ ਗੱਲ ਕੀਤੀ ਹੈ, ਅਤੇ ਸਾਰੇ ਲੋਕਾਂ ਕੋਲ ਹੱਥ ਜੋੜ ਕੇ ਮਾਫ਼ੀ ਮੰਗ। ਅਤੇ ਸ਼ਾਇਦ ਤੇਰਾ ਕੋਈ ਇਸ ਮੀਡੀਆ ਦੇ ਵਿੱਚ ਜਾਂ ਇਸ ਫੀਲਡ ਦੇ ਵਿੱਚ ਕੋਈ ਭਲਾ ਹੋ ਸਕੇ। ਬਾਕੀ ਪੁੱਤਰ, ਇਹੋ ਜਿਹੇ ਆਕੜਬਾਜ਼ ਬੜੇ ਬੜੇ ਦੁਨੀਆ 'ਤੇ ਆਏ ਅਤੇ ਬੜੇ ਬੜੇ ਚਲ ਗਏ, ਅਤੇ ਤੇਰਾ ਵੀ ਇਹੋ ਹਾਲ ਹੋਣਾ ਜੇ ਹੁਣੇ ਇੰਨੀ ਆਕੜ ਆ ਗਈ ਹੈ, ਜੇ ਤੇਰੀ ਉਮਰ ਕੀ ਹੈਗੀ ਆ? ਇਸ ਕਰਕੇ ਥੋੜ੍ਹੀ ਜਿਹੀ ਅਕਲ ਨੂੰ ਹੱਥ ਮਾਰਿਆ ਕਰੋ। ਜੇ ਤੁਹਾਨੂੰ ਕੋਈ ਕਲਾਕਾਰ ਨੂੰ ਇੰਨਾ ਕੋਈ ਪਿਆਰ ਮਾਣ ਬਖਸ਼ਦਾ ਤਾਂ ਤੁਸੀਂ ਰੱਬ ਨਹੀਂ ਬਣ ਗਏ, ਸਮਝ ਗਿਆ ਨਾ ਇਸ ਗੱਲ ਨੂੰ? ਮੇਰਾ ਵੀ ਦੁਬਾਰਾ ਮਾਫ਼ੀ ਮੰਗ, ਅਤੇ ਚੰਗਾ ਰਹੇਗਾ, ਨਹੀਂ ਤਾਂ ਕੰਮ ਤੇਰਾ ਖਰਾਬ ਹੋਣਾ ਹੀ। ਓਕੇ, ਬਾਏ।